ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਦੇ ਵਿੱਚ ਇੱਕ ਬੀਬੀ ਵੱਲੋਂ ਡਾਂਸ ਕੀਤਾ ਜਾ ਰਿਹਾ ਅਤੇ ਇਸ ਵੀਡੀਓ ਦੇ ਬੈਕਗਰਾਊਂਡ 'ਤੇ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ। ਜਿਹੜੇ ਵੀਰਾਂ ਭੈਣਾਂ ਨੇ ਵੀਡੀਓ ਨੂੰ ਸਾਂਝਾ ਕੀਤਾ, ਉਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਬੀਬੀ ਨੂੰ ਲੋਕਾਂ ਨੇ ਗਾਲਾਂ ਕੱਢੀਆਂ ਨੇ ਬਿਨਾਂ ਕੁਛ ਸੋਚੇ ਸਮਝੇ ਅਤੇ ਵਿਚਾਰੇ। ਮੈਨੂੰ ਇਹ ਲੱਗਦਾ ਕਿ ਇਸ ਬੀਬੀ ਦਾ ਕੋਈ ਵੀ ਕਸੂਰ ਨਹੀਂ ਹੈ, ਇਹ ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ। ਕਿਉਂਕਿ ਜਦ ਇਸ ਵੀਡੀਓ ਨੂੰ ਆਪਾਂ ਧਿਆਨ ਨਾਲ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਇਹ ਵੀਡੀਓ ਐਡਿਟ ਕੀਤੀ ਗਈ ਹੈ। ਹੋ ਸਕਦਾ ਇਹ ਬੀਬੀ ਸੋਸ਼ਲ ਮੀਡੀਆ ਦੇ ਉੱਤੇ ਡਾਂਸ ਦੀ ਵੀਡੀਓ ਬਣਾਉਂਦੀ ਹੋਵੇ ਅਤੇ ਕਿਸੇ ਸ਼ਰਾਰਤੀ ਅਨਸਰ ਨੇ ਉਸ ਬੀਬੀ ਦੀ ਵੀਡੀਓ ਨੂੰ ਚੱਕ ਕੇ ਪਿੱਛੇ ਦਰਬਾਰ ਸਾਹਿਬ ਦੀ ਫੋਟੋ ਲਾ ਦਿੱਤੀ ਹੋਵੇ। ਕਿਉਂਕਿ ਆਪਣੇ ਪੈਰ 'ਤੇ ਆਪ ਖਿਲਾੜੀ ਤਾਂ ਕੋਈ ਵੀ ਨਹੀਂ ਮਾਰੂਗਾ ਨਾ। ਇਹ ਬੀਬੀ ਆਪ ਦਰਬਾਰ ਸਾਹਿਬ ਦੀ ਫੋਟੋ ਪਿੱਛੇ ਲਾ ਕੇ ਅਗਰ ਡਾਂਸ ਕਰੂਗੀ ਤਾਂ ਕੀ ਸਿੱਖ ਸੰਗਤ ਇਸ ਨੂੰ ਮਾਫ਼ ਕਰੂਗੀ? ਕੀ ਜਥੇਬੰਦੀਆਂ ਇਸ ਨੂੰ ਮਾਫ਼ ਕਰਨਗੀਆਂ? ਇੰਨੀ ਸਮਝ ਤਾਂ ਇਹਨੂੰ ਵੀ ਹੋਊਗੀ। ਇਸ ਕਰਕੇ ਇਸ ਗੱਲ ਦਾ ਮੈਨੂੰ ਘੱਟ ਚਾਂਸ ਲੱਗਦਾ ਕਿ ਇਸ ਬੀਬੀ ਵੱਲੋਂ ਖੁਦ ਇਸ ਵੀਡੀਓ ਨੂੰ ਤਿਆਰ ਕੀਤਾ ਗਿਆ, ਮਤਲਬ ਕਿ ਬੈਕਗਰਾਊਂਡ 'ਤੇ ਜਿਹੜਾ ਦਰਬਾਰ ਸਾਹਿਬ ਦੀ ਫੋਟੋ ਲਾਈ ਗਈ ਹੈ ਉਹ ਇਸ ਬੀਬੀ ਨੇ ਆਪ ਲਾਈ ਹੈ। ਇਹ ਮੈਨੂੰ ਘੱਟ ਚਾਂਸ ਲੱਗਦਾ, ਹੋ ਸਕਦਾ ਇੱਕ ਅੱਧਾ ਪੜ੍ਹਨ ਕਿ ਇਸ ਬੀਬੀ ਦੀ ਸ਼ਰਾਰਤ ਹੋਵੇ, ਲੇਕਿਨ ਜ਼ਿਆਦਾਤਰ ਮੈਨੂੰ ਇਹ ਲੱਗਦਾ ਕਿ ਇਹ ਸ਼ਰਾਰਤ ਕਿਸੇ ਹੋਰ ਵਿਅਕਤੀ ਦੀ ਹੈ। ਕਿਉਂਕਿ ਜੇ ਆਪਾਂ ਵੀਡੀਓ ਨੂੰ ਧਿਆਨ ਨਾਲ ਦੇਖਦੇ ਹਾਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਬੈਕਗਰਾਊਂਡ 'ਤੇ ਫੋਟੋ ਲੱਗੀ ਹੈ ਦਰਬਾਰ ਸਾਹਿਬ ਦੀ, ਇਹ AI ਵੱਲੋਂ ਤਿਆਰ ਕੀਤੀ ਗਈ ਹੈ ਔਰ ਇਸ ਵੀਡੀਓ ਨੂੰ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਵੀ ਐਡਿਟ ਨਹੀਂ ਕੀਤਾ। ਜੀ ਹਾਂ, ਪ੍ਰੋਫੈਸ਼ਨਲ ਐਡਿਟਿੰਗ ਨਹੀਂ ਹੋਈ, ਕਿਉਂਕਿ ਇਹਦੇ ਵਿੱਚ ਜਿਹੜਾ ਕਰੋਮਾ ਕੱਟ ਹੋਇਆ ਹੈ, ਬੈਕਗਰਾਊਂਡ ਕੱਟ ਹੋਇਆ, ਉਹ ਇੰਨਾ ਪ੍ਰੋਪਰ ਤਰੀਕੇ ਨਾਲ ਕੱਟ ਨਹੀਂ ਕੀਤਾ ਗਿਆ। ਤਾਂ ਇੱਥੋਂ ਇਹ ਪਤਾ ਲੱਗਦਾ ਕਿਸੇ ਪ੍ਰੋਫੈਸ਼ਨਲ ਬੰਦੇ ਦਾ ਕੰਮ ਤਾਂ ਨਹੀਂ ਹੈ, ਇਹ ਕਿਸੇ ਊਂ ਚੂਈ ਬੰਦੇ ਨੇ, ਉਹਨੇ ਆਪਣੇ ਮਨ ਦੇ ਵਿੱਚ ਇਹ ਸੋਚ ਕੇ ਕਿ ਮੈਂ ਬਦਨਾਮੀ ਕਰਾਂਗਾ। ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਕਿਸੇ ਵਿਅਕਤੀ ਨੇ ਇਸ ਬੀਬੀ ਨੂੰ ਬਦਨਾਮ ਕਰਨ ਦੇ ਲਈ ਇਸ ਵੀਡੀਓ ਨੂੰ ਐਡਿਟ ਕੀਤਾ ਹੈ, ਕਿਉਂਕਿ ਜਦ ਇਹੋ ਜਿਹੀ ਕੋਈ ਵੀਡੀਓ ਸਾਹਮਣੇ ਆਏਗੀ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਦੇ ਬਾਰੇ ਬੋਲਿਆ ਜਾਂਦਾ ਹੈ, ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ, ਉਸ ਵਿਅਕਤੀ ਨੂੰ ਗਾਲਾਂ ਕੱਢੀ ਜਾਂਦੇ ਨੇ ਜੋ ਵੀਡੀਓ ਵਿੱਚ ਨਜ਼ਰ ਆਉਂਦਾ ਹੈ, ਔਰ ਉਹੀ ਕੁਝ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ। ਇਸ ਬੀਬੀ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ, ਅਤੇ ਜਾਂ ਤਾਂ ਇਹ ਹੋ ਸਕਦਾ ਹੈ ਕਿ ਇਸ ਬੀਬੀ ਨੂੰ ਬਦਨਾਮ ਕਰਨ ਦੇ ਲਈ ਸਾਰਾ ਕੁਝ ਕੀਤਾ ਗਿਆ, ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬੇਅਦਬੀ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਕਿ ਦੇਖੋ ਇਹ ਦਰਬਾਰ ਸਾਹਿਬ ਦੇ ਵਿੱਚ ਅਸੀਂ ਕੁੜੀਆਂ ਨੱਚਵਾਤੀਆਂ। ਕੁਛ ਵੀ ਹੋ ਸਕਦਾ, ਪਰ ਸਭ ਤੋਂ ਪਹਿਲਾਂ ਮੈਂ ਆਪਣੇ ਉਹਨਾਂ ਵੀਰਾਂ ਭੈਣਾਂ ਨੂੰ ਜੋ ਇਸ ਬੀਬੀ ਨੂੰ ਗਾਲਾਂ ਕੱਢ ਰਹੇ ਹਨ, ਉਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਗਾਲਾਂ ਕੱਢਕੇ ਕੀ ਕਿਸੇ ਸਮੱਸਿਆ ਦਾ ਸਮਾਧਾਨ ਨਿਕਲੂਗਾ? ਨਹੀਂ ਨਿਕਲੂਗਾ। ਤੁਸੀਂ ਆਪਣੇ ਅੰਦਰ ਦੀ ਭੜਾਸ ਕੱਢ ਸਕਦੇ ਹੋ, ਬਸ ਇਸ ਤੋਂ ਇਲਾਵਾ ਕੁਛ ਨਹੀਂ। ਔਰ ਉਹਦੇ ਨਾਲ ਤੁਹਾਡੀ ਆਪਣੀ ਜ਼ੁਬਾਨ ਗੰਦੀ ਹੁੰਦੀ ਹੈ, ਤੁਹਾਡਾ ਆਪਣਾ ਕਿਰਦਾਰ ਗੰਦਾ ਹੁੰਦਾ ਹੈ। ਤੁਹਾਨੂੰ ਚਾਹੀਦਾ ਕੀ ਹੈ, ਅਗਰ ਤੁਹਾਡੇ ਸਾਹਮਣੇ ਕੋਈ ਇਹੋ ਜਿਹੀ ਪੋਸਟ ਆਉਂਦੀ ਹੈ, ਪਹਿਲੇ ਉਹਨੂੰ ਵੈਰੀਫਾਈ ਕਰੋ। ਮੈਂ ਜਦੋਂ ਇਸ ਵੀਡੀਓ ਨੂੰ ਦੇਖਿਆ ਤਾਂ ਜਿਸ ਪੇਜ ਦੇ ਉੱਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ, ਮੈਂ ਉਹਨਾਂ ਨੂੰ ਕਾਲ ਕੀਤੀ। ਉਹਨਾਂ ਨੂੰ ਮੈਂ 3-4 ਵਾਰ ਕਾਲ ਕਰ ਚੁੱਕਿਆ ਸਵੇਰ ਦਾ, ਪਰ ਉਹਨਾਂ ਨੇ ਮੇਰੀ ਇੱਕ ਵਾਰ ਵੀ ਕਾਲ ਅਟੈਂਡ ਨਹੀਂ ਕੀਤੀ। ਜਿਵੇਂ ਹੀ ਉਹਨਾਂ ਨਾਲ ਮੇਰੀ ਕੋਈ ਗੱਲ ਹੋਏਗੀ ਕਿ ਇਹ ਵੀਡੀਓ ਉਹਨਾਂ ਤੱਕ ਕਿਵੇਂ ਪਹੁੰਚੀ, ਮੈਂ ਆਪ ਸਾਰਿਆਂ ਨੂੰ ਜ਼ਰੂਰ ਦੱਸਾਂਗਾ, ਕਿਉਂਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓ ਆਈ ਕਿੱਥੋਂ ਹੈ। ਆਪਾਂ ਦਰ ਸ਼ੇਅਰ ਕਰਨ ਵੱਲ ਧਿਆਨ ਦਿੰਦੇ ਹਾਂ, ਇਹਦਾ ਧਿਆਨ ਦਿੰਦੇ ਨਹੀਂ ਕਿ ਇਹ ਵੀਡੀਓ ਰੀਅਲ ਹੈ ਜਾਂ ਫੇਕ ਹੈ, ਇਹ ਆਈ ਕਿੱਥੋਂ ਹੈ, ਉਹ ਪਤਾ ਕਰਨ ਦੀ ਕੋਸ਼ਿਸ਼ ਕਰੀਏ ਨਾ ਆਪਾਂ। ਦੂਸਰਾ ਸਾਨੂੰ ਕੀ ਕਰਨਾ ਚਾਹੀਦਾ ਕਿ ਇੱਕ ਇਹੋ ਜਿਹੀ ਟੀਮ ਹੋਵੇ, ਇੱਕ ਇਹੋ ਜਿਹੀ ਜਥੇਬੰਦੀ ਹੋਵੇ, ਇਹੋ ਜਿਹੀ ਸੰਸਥਾ ਹੋਵੇ ਜੋ ਕਿ ਇਹੋ ਜਿਹੀ ਚੀਜ਼ਾਂ ਦੇ ਉੱਤੇ ਰੋਕ ਲਾ ਸਕੇ। ਸਾਡਾ ਕੋਈ IT ਸੈੱਲ ਹੋਵੇ ਜੋ ਪਤਾ ਲਗਾ ਸਕੇ ਕਿੱਥੋਂ ਵੀਡੀਓ ਓਪਰੇਟ ਹੋ ਰਹੀ ਹੈ, ਕਿੱਥੋਂ ਚੈਨਲ ਓਪਰੇਟ ਹੋ ਰਿਹਾ, ਕਿੱਥੋਂ ਜਿਹੜਾ ਹੈ ਪੇਜ ਓਪਰੇਟ ਹੋ ਰਿਹਾ, ਕਿੱਥੋਂ ਐਡ ਹੋ ਰਹੀ ਹੈ, ਇਹ ਸਾਰਾ ਕੁਝ ਕਿੱਥੋਂ ਕੀਤਾ ਜਾ ਰਿਹਾ, ਕਿਵੇਂ ਕੀਤਾ ਜਾ ਰਿਹਾ। ਇਹੋ ਜਿਹੀ ਕੋਈ ਟੀਮ ਹੈ ਆਪਣੀ? ਨਹੀਂ ਹੈ। ਜਿਹੜਾ ਧਿਆਨ ਦੇਣ ਵਾਲਾ ਕੰਮ ਹੈ ਉਹ ਤਾਂ ਇਹ ਹੈ ਕਿ ਆਪਾਂ ਇਹੋ ਜਿਹੀ ਟੀਮ ਤਿਆਰ ਕਰੀਏ ਜੋ ਇਹਨਾਂ ਚੀਜ਼ਾਂ 'ਤੇ ਰੋਕ ਤਾਂ ਹੀ ਲੱਗੇਗੀ। ਜੇ ਆਪਣੀ ਖੁਦ ਦੀ ਟੀਮ ਹੋਵੇ ਜੋ ਸਾਨੂੰ ਪਤਾ ਲਗਾ ਕੇ ਦੱਸਾਂਗੀ ਕਿ ਇਸ ਵਿਅਕਤੀ ਨੇ ਇੱਥੇ ਬਹਿ ਕੇ ਆਹ ਸ਼ਰਾਰਤ ਕੀਤੀ ਹੈ ਤਾਂ ਕਿ ਉਹਨੂੰ ਫੜਿਆ ਜਾ ਸਕੇ। ਸੋ ਮੇਰੇ ਹਿਸਾਬ ਨਾਲ ਇੱਕ ਤਾਂ ਆਹ ਕੰਮ ਕਰਨਾ ਚਾਹੀਦਾ, ਅਤੇ ਦੂਸਰੀ ਗੱਲ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਜੋ ਇਹੋ ਜਿਹੀ ਸ਼ਰਾਰਤ ਕਰਦੇ ਹਨ, ਆਸਮਾਨ ਵੱਲ ਥੁੱਕੋਗੇ ਨਾ ਤਾਂ ਥੁੱਕ ਤੁਹਾਡੇ ਮੂੰਹ 'ਤੇ ਹੀ ਆ ਕੇ ਗਿਰੂਗਾ।
ਆਸਮਾਨ ਨੂੰ ਕੋਈ ਫਰਕ ਨਹੀਂ ਪੈਣਾ। ਸਿੱਖ ਕੌਮ ਕੱਲ੍ਹ ਵੀ ਚੜ੍ਹਦੀ ਕਲਾ ਵਿੱਚ ਸੀ, ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਅਤੇ ਅੱਗੇ ਵੀ ਚੜ੍ਹਦੀ ਕਲਾ ਵਿੱਚ ਰਹੂਗੀ। ਤੁਹਾਡੀ ਇਹਨਾਂ ਹੋਸ਼ੀਆਂ ਹਰਕਤਾਂ ਦੇ ਨਾਲ ਸਿੱਖ ਕੌਮ ਨੂੰ ਕੋਈ ਵੀ ਫਰਕ ਨਹੀਂ ਪਏਗਾ। ਤੁਸੀਂ ਇਹ ਸਭ ਕੁਝ ਕਰਕੇ ਆਪਣੇ ਖੁਦ ਦਾ ਅਕਸ਼ ਖਰਾਬ ਕਰ ਰਹੇ ਹੋ। ਜੇ ਤੁਹਾਨੂੰ ਕਿਸੇ ਗੱਲ ਤੋਂ ਕੋਈ ਪ੍ਰੋਬਲਮ ਲੱਗਦੀ ਹੈ, ਤੁਹਾਨੂੰ ਲੱਗਦਾ ਇਹ ਚੀਜ਼ ਗਲਤ ਹੈ, ਤਾਂ ਤੁਸੀਂ ਉਹਦੇ ਬਾਰੇ ਬੋਲ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਕਿ ਸਾਨੂੰ ਆਹ ਕਮੀ ਪੇਸ਼ੀ ਲੱਗਦੀ ਹੈ, ਉਸ ਚੀਜ਼ ਨੂੰ ਸੁਧਾਰ ਕੀਤਾ ਜਾ ਸਕਦਾ। ਪਰ ਆਹ ਜਿਹੜਾ ਤੁਹਾਡਾ ਤਰੀਕਾ ਹੈ ਨਾ, ਕੋਈ ਵੀ ਹੈ ਸ਼ਰਾਰਤੀ ਅੰਸਰ, ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਬਹੁਤ ਜ਼ਿਆਦਾ ਗਲਤ ਹੈ। ਹਰ ਕਿਸੇ ਨੂੰ ਸੁਧਰਨ ਦਾ ਇੱਕ ਮੌਕਾ ਦੇਣਾ ਚਾਹੀਦਾ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੁਧਰਨ ਦਾ ਇੱਕ ਮੌਕਾ ਦੇਣਾ ਚਾਹੁੰਦਾ ਹਾਂ ਜਿਹੜੇ ਇਹੋ ਜਿਹੀ ਸ਼ਰਾਰਤ ਕਰਦੇ ਹਨ। ਸੁਧਰ ਜਾਓ, ਬੰਦੇ ਦੇ ਪੁੱਤ ਬਣ ਜਾਓ। ਜੇ ਕੋਈ ਕਮੀ ਪੇਸ਼ੀ ਲੱਗਦੀ ਹੈ, ਬੋਲ ਕੇ ਵਿਚਾਰ ਦਿਓ ਕਿ ਭਾਈ ਆਹ ਮੈਨੂੰ ਕਮੀ ਪੇਸ਼ੀ ਲੱਗਦੀ ਹੈ, ਮੈਂ ਤਾਂ ਇਹ ਸ਼ਰਾਰਤ ਕਰਦੀ ਕੀਤੀ ਸੀ, ਇਹ ਸ਼ਰਾਰਤ ਦੇ ਲਈ ਤਾਂ ਮੈਂ ਮਾਫੀ ਚਾਹੁੰਦਾ, ਕਿਉਂਕਿ ਸ਼ਰਾਰਤ ਦੇ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ, ਉਹ ਜੋ ਸਜ਼ਾ ਹੈ ਕਾਨੂੰਨੀ ਤੌਰ 'ਤੇ ਉਹ ਵੀ ਤੁਹਾਨੂੰ ਮਿਲਣੀ ਚਾਹੀਦੀ ਹੈ। ਪਰ ਤੁਸੀਂ ਇਹ ਕੀਤੀ ਕਿਉਂ, ਤੁਹਾਡੀ ਮਾਨਸਿਕਤਾ ਕੀ ਹੈ, ਇਹ ਤੁਸੀਂ ਖੁਦ ਬੋਲ ਕੇ ਦੱਸਣਾ। ਸੋ ਅਗਰ ਕੋਈ ਕਮੀ ਪੇਸ਼ੀ ਲੱਗਦੀ ਹੈ ਉਹ ਦੱਸੋ ਤਾਂ ਕਿ ਉਹਨੂੰ ਸੁਧਾਰਿਆ ਜਾ ਸਕੇ। ਆਹ ਤਰੀਕੇ ਜਿਹੜੇ ਤੁਹਾਡੇ ਹੈਗੇ ਨੇ ਬਹੁਤ ਜ਼ਿਆਦਾ ਗਲਤ ਹਨ, ਇਹਦੇ ਕਰਕੇ ਤੁਸੀਂ ਸਮਾਜ ਦੇ ਵੀ ਦੁੱਖ ਸੀ, ਆਪਣੇ ਖੁਦ ਦੇ ਵੀ ਤੁਹਾਨੂੰ ਚੰਗਾ ਨਹੀਂ ਸਮਝਣਗੇ, ਔਰ ਤੁਸੀਂ ਕਾਨੂੰਨ ਦੇ ਵੀ ਦੋਸ਼ੀ ਹੋ ਗਏ। ਇਸ ਕਰਕੇ ਆਹ ਕੁਛ ਕਰਨਾ ਬੰਦ ਕਰ ਦਿਓ। ਮੈਂ ਫਿਰ ਬੇਨਤੀ ਕਰਦਾ, ਆਸਮਾਨ ਵੱਲ ਥੁੱਕੋਗੇ, ਥੁੱਕ ਤੁਹਾਡੇ ਮੂੰਹ 'ਤੇ ਹੀ ਆ ਕੇ ਗਿਰੂਗਾ, ਆਸਮਾਨ ਨੂੰ ਕੋਈ ਫਰਕ ਨਹੀਂ ਪੈਣਾ। ਅਤੇ ਜਿਹੜੇ ਵੀਰ ਭੈਣ ਬਿਨਾਂ ਕੁਛ ਸੋਚੇ ਸਮਝੇ ਇਹੋ ਜਿਹੀਆਂ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹਨ, ਉਹਨਾਂ ਨੂੰ ਬੇਨਤੀ ਹੈ ਕਿ ਭਾਈ ਪਹਿਲੇ ਪੂਰਾ ਵੈਰੀਫਾਈ ਕਰ ਲਿਆ ਕਰੋ, ਚੈੱਕ ਕਰ ਲਿਆ ਕਰੋ, ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰੋ। ਜਿਹੜੇ ਵੀਰ ਭੈਣ ਬੀਬੀ ਨੂੰ ਗਾਲਾਂ ਕੱਢ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਭਾਈ ਤੀਆਂ ਭੈਣਾਂ ਸਾਰੇ ਹੀ ਸਾਂਝੀ ਹੁੰਦੀ ਹੈ, ਐਵੇਂ ਬੇਮਤਲਬ ਗਾਲਾਂ ਕੱਢਣੀਆਂ ਸ਼ੁਰੂ ਨਾ ਕਰ ਦਿਆ ਕਰੋ। ਪਹਿਲੇ ਸਹੀ ਜਾਣਕਾਰੀ ਤਾਂ ਲੈ ਲਓ ਕਿ ਸੱਚਮੁੱਚ ਇਹ ਬੀਬੀ ਦੀ ਗਲਤੀ ਹੈ ਜਾਂ ਨਹੀਂ, ਔਰ ਅਗਰ ਗਲਤੀ ਹੈ ਵੀ ਤਾਂ ਵੀ ਅਸੀਂ ਕਿਸੇ ਨੂੰ ਵੀ ਗਾਲਾਂ ਕੱਢਣ ਦੇ ਹੱਕਦਾਰ ਨਹੀਂ ਹਾਂ। ਕਾਨੂੰਨੀ ਤੌਰ ਦੇ ਉੱਤੇ ਉਹ ਜਿਹੜੀ ਬੰਦੀ ਕਾਰਵਾਈ ਜਿਹੜੀ ਹੈ ਉਹ ਕਰਵਾਓ। ਗਾਲਾਂ ਕੱਢਣ ਨਾਲ ਅਸੀਂ ਆਪਣਾ ਖੁਦ ਦਾ ਅਸ ਖਰਾਬ ਕਰਦੇ ਹਾਂ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਮੇਰੇ ਤੋਂ ਪੇਸ਼ਕਾਰੀ ਕਰਦੇ ਹਾਂ, ਕੋਈ ਗੱਲ ਗਲਤ ਗਈ ਕੋਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ, ਮੇਰੀ ਗਲਤੀ ਮੇਰੇ ਧਿਆਨ 'ਚ ਜ਼ਰੂਰ ਲਿਆਓ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ। ਔਰ ਅਗਰ ਇਹ ਵੀਡੀਓ ਦੇ ਵਿੱਚ ਜਿਹੜੀ ਬੀਬੀ ਡਾਂਸ ਕਰ ਰਹੀ ਹੈ, ਅਗਰ ਉਹ ਮੇਰੀ ਵੀਡੀਓ ਦੇਖ ਰਹੀ ਹੈ, ਉਸ ਭੈਣ ਨੂੰ ਬੇਨਤੀ ਹੈ ਕਿ ਸਾਡੇ ਨਾਲ ਸੰਪਰਕ ਕੀਤਾ ਜਾਏ। ਤੁਸੀਂ ਸਾਨੂੰ ਦੱਸੋ ਬਕਾਇਦਾ ਕਿ ਆਹ ਵੀਡੀਓ ਤੁਹਾਡੀ ਇਸ ਤਰੀਕੇ ਨਾਲ ਕਿਉਂ ਵਾਇਰਲ ਹੋ ਰਹੀ ਹੈ, ਕਿਵੇਂ ਵਾਇਰਲ ਹੋ ਰਹੀ ਹੈ, ਕਿਹਦਾ ਹੱਥ ਹੈ, ਤੁਹਾਨੂੰ ਕਿਤੇ ਸ਼ੱਕ ਹੈ, ਇਹ ਵੀ ਤੁਸੀਂ ਦੱਸੋ। ਤੁਸੀਂ ਸਾਹਮਣੇ ਆਓ, ਤੁਹਾਨੂੰ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ, ਕਿਉਂਕਿ ਤੁਹਾਡੇ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ, ਤੁਹਾਨੂੰ ਆਪਣੇ ਵਿਚਾਰ ਜ਼ਰੂਰ ਦੇਣੇ ਚਾਹੀਦੇ ਹਨ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।